ਤੇਰਾ ਗੈਂਗ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਇਹ ਗੈਂਗ ਹਾਈਵੇ ਤੇ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ, ਜਿਨ੍ਹਾਂ ਉੱਤੇ ਪਹਿਲਾਂ ਵੀ ਕਈ ਕੇਸ ਦਰਜ ਹਨ। ਦੱਸ ਦਈਏ ਕਿ ਇਸ ਗੈਂਗ ਦੇ ਮੁਖੀ ਦੀ ਉਮਰ ਮਹਿਜ਼ 19 ਸਾਲ ਹੈ, ਜਿਸ ਤੇ ਪਹਿਲਾਂ ਤੋਂ ਹੀ 8 ਮੁਕੱਦਮੇ ਦਰਜ ਹਨ। ਇਸ ਤੋਂ ਇਲਾਵਾ ਪੁਲਿਸ ਨੇ ਇਹਨਾਂ ਲੁਟੇਰਿਆਂ ਕੋਲੋਂ 1 ਲੱਖ ਰੁਪਏ ਵੀ ਰਿਕਵਰ ਕੀਤੇ ਨੇ। ਫਿਲਹਾਲ ਪੁਲਿਸ ਦੋਸ਼ੀਆਂ ਕੋਲੋਂ ਪੁੱਛਗਿੱਛ ਕਰਨ ਵਿੱਚ ਜੁਟ ਚੁੱਕੀ ਹੈ। 3 ਮੈਂਬਰ ਦਾ ਗੈਂਗ ਸੀਗਾ ਤੇ 6 ਮੈਂਬਰਸ ਗ੍ਰਿਫਤਾਰ ਕਰ ਲਏ ਗਏ ਹਨ। ਰਹਿਣ ਵਾਲੇ ਪਟਿਆਲਾ ਤੇ ਪਟਿਆਲਾ ਫਤਿਹਗੜ੍ਹ ਸਾਹਿਬ ਤੇ ਰੋਪੜ ਜ਼ਿਲ੍ਹੇ ਦੇ ਰਹਿਣ ਵਾਲੇ ਮੋਰਿੰਡਾ ਏਰੀਆ ਦੇ ਤੇ 6 ਦੇ 6 ਜਿਹੜੇ ਹੈਗੇ ਹਾਈਵੇ ਰੋਬਰੀ ਡਿਕੋਇਟੀ ਅਟੈਂਪਟ ਟੂ ਮਰਡਰ ਇਹਨਾਂ ਦੇ ਨਾਂ 'ਤੇ ਪਰਚੇ ਦਰਜ ਹੈ। ਪਹਿਲੇ 16 ਪਰਚੇ ਪਹਿਲੇ ਦਰਜ ਹੈ ਇਹਨਾਂ 'ਤੇ ਅਤੇ 12 ਇੱਦਾਂ ਦੇ ਪਰਚੇ ਜਿਨ੍ਹਾਂ 'ਚ ਇਹ ਵਾਂਟਡ ਸੀਗੇ। ਵਾਰਦਾਤ ਇਹ ਕਰਦੇ ਸੀਗੇ ਅੰਬਾਲਾ ਦਾ ਜਨਰਲ ਏਰੀਆ, ਰਾਜਪੁਰੇ ਦਾ ਜਨਰਲ ਏਰੀਆ, ਫਤਿਹਗੜ੍ਹ ਸਾਹਿਬ ਅਤੇ ਮੋਰਿੰਡਾ ਦਾ ਜਨਰਲ ਏਰੀਆ। ਅਤੇ ਸਾਡੇ 2 ਕੇਸਿਸ ਸੀਗੇ, ਇੱਕ ਤਾਂ 307 ਦਾ ਸੀਗਾ ਅਤੇ ਇੱਕ ਡਕੈਤੀ ਹੋਈ ਸੀਗੀ ਗੈਸ ਏਜੰਸੀ 'ਚ, ਉਹ ਟਰੇਸ ਹੋਇਆ ਇਹਦੇ 'ਚ। ਟੋਟਲ 12 ਕੇਸਿਸ 'ਚ ਇਹਨਾਂ ਨੇ ਘੱਟ ਤੋਂ ਘੱਟ ਕੋਈ 21 ਲੱਖ ਰੁਪਇਆ ਖੋਇਆ ਲੋਕਾਂ ਤੋਂ। ਟਾਰਗੇਟ ਇਹ ਕਰਦੇ ਸੀਗੇ ਇੱਦਾਂ ਦੇ ਏਰੀਆਜ਼ ਜਿੱਥੇ ਰੋਜ਼ ਦੀ ਕਲੈਕਸ਼ਨ ਆਉਂਦੀ ਹੈ, ਪੈਟਰੋਲ ਪੰਪ ਹੋ ਗਏ, ਗੈਸ ਏਜੰਸੀਜ਼ ਹੋ ਗਈ, ਜਾਂ ਕੋਈ ਕਮਿਟੀ ਦੇ ਪੈਸੇ ਇਕੱਠੇ ਕਰ ਰਿਹਾ ਹੈ, ਬੈਂਕ ਲੋਨਸ ਦੇ ਪੈਸੇ ਇਕੱਠੇ ਕਰ ਰਿਹਾ, ਉਹਨਾਂ ਨੂੰ ਟਾਰਗੇਟ ਕਰਦੇ ਸੀਗੇ। ਅਤੇ ਸਾਰੇ ਕੇਸਿਸ 'ਚ ਇਹਨਾਂ ਨੇ ਪਹਿਲੇ ਰੈਕੀ ਜ਼ਰੂਰ ਕਰਦੇ ਸੀਗੇ। ਆਪਸ 'ਚ ਇਹਨਾਂ ਦੀ ਮੁਲਾਕਾਤ ਜੇਲ੍ਹ ਵਿੱਚ ਹੋਈ ਸੀਗੀ ਅਤੇ ਇਹਨਾਂ 'ਚੋਂ ਇੱਕ ਬੰਦਾ ਇੱਦਾਂ ਦਾ ਵੀ ਹੈ ਜਿਹੜਾ 8 ਵਾਰ ਉਹਨੇ ਪੁਲਿਸ ਮੁਲਾਜ਼ਮਾਂ 'ਤੇ ਵੱਖਰੇ ਅਲੱਗ ਅਲੱਗ ਜ਼ਿਲ੍ਹਿਆਂ 'ਚ ਪੁਲਿਸ ਮੁਲਾਜ਼ਮਾਂ 'ਤੇ ਇਹਨਾਂ ਨੇ ਉਹਨੇ ਹੱਥ ਚੁੱਕਿਆ ਅਤੇ ਅਟੈਕ ਕੀਤਾ।